ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਦੋਸਤੋ। ਸਵਾਗਤ ਕਰਦਾ ਜੀ ਨਵੀਂ ਵੀਡੀਓ ਦੇ ਵਿੱਚ। ਅਤੇ ਦੋਸਤੋ, ਅੱਜ ਪਹਿਲਾ ਦਿਨ ਸੀਗਾ ਜਦੋਂ ਮੈਂ ਅੱਜ ਜਿੰਮ ਸਟਾਰਟ ਕਰ ਲਿਆ ਜੀ। ਅਤੇ ਕਾਫੀ ਅੱਜ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਸਾਲ ਡੇਢ ਸਾਲ ਤੋਂ ਬਾਅਦ ਅੱਜ ਮੈਂ ਪਹਿਲੇ ਦਿਨ ਜਿੰਮ ਗਿਆ ਜੀ। ਬਲੈਕ ਆਊਟ ਹੋਈ ਜਾਂਦਾ ਸੀ ਵਿੱਚ ਵਿੱਚ, ਇੱਦਾਂ ਲੱਗਦਾ ਸੀ ਸਿਰ ਘੁੰਮੀ ਜਾਂਦਾ ਮੇਰਾ। ਅਤੇ ਕਫੀਨ ਮੈਂ ਸਵੇਰੇ ਲੈ ਕੇ ਗਿਆ, ਨਾਲ ਬੀ ਸੀ ਡਬਲ ਏ ਲੈ ਕੇ ਗਿਆ ਸੀਗਾ, ਅਤੇ ਜਿਹਦੇ ਨਾਲ ਥੋੜ੍ਹੀ ਬਹੁਤੀ ਮੈਨੂੰ ਹੈਲਪ ਮਿਲਦੀ ਰਹੀ ਵਰਕਆਊਟ ਕਰਨ ਦੇ ਵਿੱਚ। ਅੱਜ ਮੈਂ ਮਿਕਸ ਵਰਕਆਊਟ ਕੀਤਾ ਜੀ, ਚੈਸਟ ਦਾ, ਬਾਈਸੈਪਸ, ਟ੍ਰਾਈਸੈਪਸ ਅਤੇ ਨਾਲ ਥੋੜ੍ਹਾ ਜਿਹਾ ਕਾਰਡੀਓ ਕੀਤਾ ਜੀ। ਉਹਦੇ ਸ਼ੋਰਟਸ ਮੈਂ ਇਹ ਵੀਡੀਓ ਦੇ ਨਾਲ ਪਾਊਂਗਾ ਜੀ, ਦੇਖ ਲਿਓ। ਅਤੇ ਅੱਜ ਪਹਿਲਾ ਦਿਨ ਸੀਗਾ ਜੀ ਜਿੰਮ ਦਾ। ਅਤੇ ਦੋਸਤੋ, ਹੁਣ ਡੇਲੀ ਆਪਾਂ ਜਿੰਮ ਜਾਇਆ ਕਰਾਂਗੇ, ਅਤੇ ਜਲਦੀ ਜਲਦੀ ਤੁਹਾਨੂੰ ਵਰਕਆਊਟ ਦੀਆਂ ਵੀਡੀਓਜ਼ ਵੀ ਆਇਆ ਕਰੂੰਗੀਆਂ, ਡੇਲੀ ਡਾਇਟ ਦੀਆਂ, ਨਿਊਟ੍ਰੀਸ਼ਨ ਦੀਆਂ ਅਤੇ ਵਰਕਆਊਟ ਦੀਆਂ ਵੀਡੀਓਜ਼, ਕਿੱਦਾਂ ਕਿੱਦਾਂ ਆਪਾਂ ਕਿਹੜਾ ਕਿਹੜਾ ਡੇਲੀ ਵਰਕਆਊਟ ਕਰਦੇ ਹਾਂ, ਕਿੱਦਾਂ ਆਪਾਂ ਸਪਲਿਟ ਕਰਦੇ ਹਾਂ, ਸੁਪਰ ਸੈਟਸ ਵਗੈਰਾ ਸਾਰਾ ਕੁਛ ਤੁਹਾਨੂੰ ਆਪਾਂ ਡਿਟੇਲ ਵਾਈਜ਼ ਦੱਸਿਆ ਕਰਾਂਗੇ। ਉਹਦੇ ਲਈ ਦੋਸਤੋ, ਕਿਰਪਾ ਕਰਕੇ ਪਲੀਜ਼ ਸਬਸਕ੍ਰਾਈਬ ਕਰ ਲਓ ਚੈਨਲ ਨੂੰ, ਅਤੇ ਲਾਈਕ, ਸ਼ੇਅਰ ਅਤੇ ਕਮੈਂਟ ਕਰ ਦਿਆ ਕਰੋ ਵੀਡੀਓਜ਼ ਨੂੰ। ਦੂਸਰੀ ਗੱਲ ਦੋਸਤੋ, ਮਲਟੀ ਵਿਟਾਮਿਨਸ ਵਗੈਰਾ ਅਤੇ ਕਿਹੜੇ ਕਿਹੜੇ ਆਪਾਂ ਸਪਲੀਮੈਂਟਸ ਐਡ ਕਰਦੇ ਹਾਂ ਆਪਣੀ ਡੇਲੀ ਲਾਈਫ ਦੇ ਵਿੱਚ, ਉਹ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰਾ ਆਪਣਾ ਸਟੈਕ ਦਿਖਾਵਾਂਗੇ ਕਿ ਮੈਂ ਜਿੰਮ ਸਟਾਰਟ ਕਰਕੇ ਕੀ ਕੀ ਸ਼ੁਰੂ ਕੀਤਾ ਅਤੇ ਕਿਹੜਾ ਕਿਹੜਾ ਸਪਲੀਮੈਂਟ ਆਪਣੀ ਬੋਡੀ ਵਾਸਤੇ ਜ਼ਰੂਰੀ ਆ। ਮਲਟੀ ਵਿਟਾਮਿਨਸ, ਓਮੇਗਾ 3 ਵਗੈਰਾ ਤਾਂ ਚਲੋ ਹੁੰਦੇ ਹੀ ਆ ਜੀ, ਸਾਰੇ ਤੁਹਾਨੂੰ ਮੈਂ ਦਿਖਾਊਂਗਾ ਕਿ ਕਿਹੜੇ ਕਿਹੜੇ ਸਪਲੀਮੈਂਟ ਕੀ ਕੀ ਵਰਕ ਕਰਦੇ ਆ ਅਤੇ ਕੀ ਕਿਹਦੇ ਵਾਸਤੇ ਜ਼ਰੂਰੀ ਹੈਗੇ ਅਤੇ ਕਿਹੜੇ ਆਪਣੇ ਮਨੀ ਵੇਸਟ ਸਪਲੀਮੈਂਟ ਹੁੰਦੇ ਜਿਹੜੇ ਆਪਾਂ ਐਕਸਟਰਾ ਮਨੀ ਹੋਵੇ ਤਾਂ ਆਪਾਂ ਯੂਜ਼ ਕਰ ਸਕਦੇ, ਨਹੀਂ ਤਾਂ ਉਹਨਾਂ ਦੀ ਲੋੜ ਨਹੀਂ ਹੁੰਦੀ। ਠੀਕ ਹੈ ਦੋਸਤੋ, ਇੰਜੋਏ ਕਰੋ ਜੀ ਵਰਕਆਊਟ ਦੇ ਥੋੜ੍ਹੇ ਜਿਹੇ ਸ਼ੋਰਟਸ, ਅਤੇ ਮਿਲਦੇ ਹਾਂ ਜੀ ਅਗਲੇ ਵਲੋਗ ਦੇ ਵਿੱਚ। ਥੈਂਕ ਯੂ ਵੈਰੀ ਮੱਚ। ਛੋਟੇ ਛੋਟੇ ਸ਼ੋਰਟਸ ਮੈਂ ਦੋਸਤੋ ਸਾਰੀਆਂ ਐਕਸਰਸਾਈਜ਼ਾਂ ਦੇ ਬਣਾਏ ਆ, ਜੋ ਕਿ ਇਸ ਵੀਡੀਓ ਦੇ ਤੁਹਾਨੂੰ ਅੱਗੇ ਜਾ ਕੇ ਦੇਖਣ ਨੂੰ ਮਿਲਣਗੇ। ਅਤੇ ਕਾਫੀ ਟਾਈਮ ਹੋ ਗਿਆ ਜਿੰਮ ਛੱਡੀ ਨੂੰ, ਅਤੇ ਸਟੈਮਿਨਾ ਬਿਲਕੁਲ ਲੋ ਆ, ਵਰਕਆਊਟ ਬਿਲਕੁਲ ਨਹੀਂ ਹੁੰਦਾ ਪਿਆ। ਅੱਜ ਥੋੜ੍ਹੇ ਜਿਹੇ ਮੈਂ 20-25 ਗ੍ਰਾਮ ਓਟਸ ਖਾ ਕੇ ਗਿਆ ਸੀਗਾ, ਅਤੇ ਪ੍ਰੀ ਵਰਕਆਊਟ ਲਿਆ ਮੈਂ ਡਾਕਟਰ ਚੋਇਸ ਦਾ, ਅਤੇ ਉਹ ਤੋਂ ਬਾਅਦ 'ਚ ਆਪਾਂ ਸਾਰੀ ਗੱਲ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ ਕਿ ਕਿਹੜੇ ਕਿਹੜੇ ਸਪਲੀਮੈਂਟ ਮੈਨੂੰ ਲੋੜ ਪੈ ਰਹੀ ਆ, ਕਿਹੜੇ ਕਿਹੜੇ ਸਪਲੀਮੈਂਟ ਮੈਂ ਲੈਣਾ ਪਿਆ, ਅਤੇ ਉਹਨਾਂ ਦੇ ਕੀ ਬੈਨੀਫਿਟਸ ਵਾ, ਅਤੇ ਬਾਕੀ ਉਹਨਾਂ 'ਤੇ ਸਾਰੀ ਗੱਲ ਅਗਲੀ ਵੀਡੀਓ 'ਚ ਕਰਾਂਗੇ। ਅਤੇ ਅੱਜ ਦੀ ਵੀਡੀਓ ਦੋਸਤੋ ਇੰਜੋਏ ਕਰੋ। ਪ੍ਰੋਟੀਨ ਸ਼ੇਕ ਲੈ ਲਿਆ, ਅਤੇ ਸਵੇਰ ਦੀ ਆਪਣੀ ਮੀਲ ਹੋ ਗਈ ਆ, ਬ੍ਰੇਕਫਾਸਟ ਕਰ ਲਿਆ, ਅਤੇ ਹੁਣ ਆਪਾਂ ਜਾਵਾਂਗੇ ਕੰਮ ਕਾਰ ਕਰਨ ਵਾਸਤੇ, ਅਤੇ ਫ੍ਰੀ ਹੋ ਕੇ ਤੁਹਾਨੂੰ ਮਿਲਦੇ ਹਾਂ ਜੀ ਦੋਸਤੋ। ਖਤਮ।